ਅਸੀਂ ਵਿੱਚ 24 ਲੱਖ ਰੁਪਈਆ ਸਾਡਾ ਲੱਗ ਗਿਆ ਸਾਰਾ ਖਰਚਾ ਆਇਆ ਜੀ ਸਾਰਾ ਖਰਚ ਲਾ ਕੇ ਉਸ ਤੋਂ ਬਾਅਦ ਅਸੀਂ ਉਹਨੂੰ ਕੈਨੇਡਾ ਭੇਜਿਆ ਜੀ ਕੈਲਗਰੀ ਸ਼ਹਿਰ 'ਚ ਵਿਆਹ ਤੋਂ ਬਾਅਦ ਜੀ ਮੇਰੇ ਨਾਲ ਜਦ ਮੈਰਿਜ ਹੋਈ ਮੇਰੀ 5 ਫਰਵਰੀ ਮੈਰਿਜ ਹੋਈ ਅਤੇ ਉਸ ਤੋਂ ਬਾਅਦ ਉਹ 7 ਮਹੀਨੇ ਮੇਰੇ ਨਾਲ ਰਹਿੰਦੀ ਰਹੀ ਅਤੇ 7 ਮਹੀਨੇ ਤੋਂ ਬਾਅਦ ਉਹ ਅਗਸਤ ਦੇ ਵਿੱਚ ਉਹਨੂੰ ਅਸੀਂ ਬਾਹਰ ਭੇਜ ਦਿੱਤਾ ਜੀ ਬਾਹਰ ਭੇਜਣ ਤੋਂ ਬਾਅਦ ਉਹ ਮੇਰੇ ਨਾਲ 10 ਕੁ ਦਿਨ ਗੱਲ ਕੀਤੀ ਜੀ ਉਸ ਤੋਂ ਬਾਅਦ ਮੇਰੇ ਨਾਲ ਜੀ ਉਹਨੇ ਨਾਤਾ ਤੋੜ ਲਿਆ ਜੀ ਉਹਦੇ ਘਰਦਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਵੀ ਅਸੀਂ ਕੋਈ ਮਤਲਬ ਵੀ ਸਾਡੀ ਕੁੜੀ ਨੇ ਤੁਹਾਡੇ ਨਾਲ ਨਾ ਤੈਨੂੰ ਬਾਹਰ ਸੱਦਣਾ ਨਾ ਤੇਰੇ ਨਾਲ ਗੱਲ ਕਰਨੀ ਜਿਹੜਾ ਕੋਈ ਹੁੰਦੇ ਤੁਸੀਂ ਕਰ ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਿੰਮਤ ਸਿੰਘ ਦਿਗਪਾਲ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਕੁੜੀਆਂ ਦੇ ਵੱਲੋਂ ਮੁੰਡਿਆਂ ਨਾਲ ਫਰੋਡ ਕੀਤਾ ਜਾ ਰਿਹਾ ਉਹ ਕੇਸ ਨਿਕਲ ਕੇ ਸਾਹਮਣੇ ਆ ਰਹੇ ਨੇ ਲੱਖਾਂ ਦੇ ਫਰੋਡ ਕੀਤੇ ਜਾ ਰਹੇ ਨੇ ਕੁੜੀਆਂ ਨੂੰ ਕੈਨੇਡਾ ਟੋਰਾਂਟੋ ਅਤੇ ਹੋਰ ਵੀ ਯੂਰਪ ਦੀਆਂ ਕਈ ਕੰਟਰੀਆਂ ਦੇ ਵਿੱਚ ਮੁੰਡਿਆਂ ਵੱਲੋਂ ਪੈਸੇ ਲਗਾ ਕੇ ਭੇਜ ਦਿੱਤਾ ਜਾਂਦਾ ਹੈ ਅਤੇ ਬਾਅਦ 'ਚ ਜਿਹੜੀਆਂ ਕੁੜੀਆਂ ਨੇ ਉਹ ਕੰਟੈਕਟ ਦੇ ਵਿੱਚ ਬਾਹਰ ਹੋ ਜਾਂਦੀਆਂ ਨੇ ਆਊਟ ਆਫ ਰੇਂਜ ਹੋ ਜਾਂਦੀਆਂ ਨੇ ਮੁੰਡਿਆਂ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਜਾਂਦੇ ਨੇ ਜਿਸ ਦੇ ਤਹਿਤ ਕਈ ਮੁੰਡਿਆਂ ਦੇ ਵੱਲੋਂ ਸੁਸਾਈਡ ਵੀ ਕੀਤਾ ਗਿਆ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈ ਪੰਜੇਟੇ ਤੋਂ ਸੁਖਵਿੰਦਰ ਸਿੰਘ ਨਾਮ ਉਹਦਾ ਗੱਲਬਾਤ ਕਰ ਲੈਂਦੇ ਹਾਂ ਸੁਖਵਿੰਦਰ ਜੀ ਕੀ ਮਸਲਾ ਤੁਹਾਡਾ ਕੀ ਰੋਲਾ ਵਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਆ ਪਿੰਡ ਪੰਜੇਟਾ ਜੀ ਅਤੇ ਮੇਰਾ ਵਿਆਹ 5 ਫਰਵਰੀ 2020 ਨੂੰ ਜਸਮੀਨ ਕੌਰ ਪਿੰਡ ਮਾੜੇਵਾਲ ਜ਼ਿਲ੍ਹਾ ਲੁਧਿਆਣਾ ਸਾਨੂੰ ਗੁਰਮੀਤ ਸਿੰਘ ਉਹਨਾਂ ਨੂੰ ਹੋਇਆ ਸੀਗਾ ਜੀ ਅੱਛਾ ਜੀ ਹਾਂਜੀ ਅਤੇ ਕਿੰਨੇ ਪੈਸੇ ਲਗਾ ਕੇ ਕਿੱਥੇ ਭੇਜਿਆ ਸੀ ਤੁਸੀਂ ਉਹਨਾਂ ਕੁੜੀ ਨੂੰ ਅਸੀਂ ਵਿੱਚ 24 ਲੱਖ ਰੁਪਈਆ ਸਾਡਾ ਲੱਗ ਗਿਆ ਜੀ ਸਾਰਾ ਖਰਚ ਆਇਆ ਜੀ ਸਾਰਾ ਖਰਚ ਲਾ ਕੇ ਉਸ ਤੋਂ ਬਾਅਦ ਅਸੀਂ ਉਹਨੂੰ ਕੈਨੇਡਾ ਭੇਜਿਆ ਜੀ ਕੈਲਗਰੀ ਜੀ ਸ਼ਹਿਰ 'ਚ ਅੱਛਾ ਜੀ ਹਾਂਜੀ ਕਿੰਨੀ ਦੇਰ ਤੁਹਾਡੇ ਨਾਲ ਕੰਟੈਕਟ 'ਚ ਰਹਿੰਦੇ ਨੇ ਸੰਪਰਕ 'ਚ ਰਹਿੰਦੇ ਨੇ ਉਹ ਵਿਆਹ ਤੋਂ ਬਾਅਦ ਜੀ ਮੇਰੇ ਨਾਲ ਜਦ ਮੈਰਿਜ ਹੋਈ ਮੇਰੀ 5 ਫਰਵਰੀ ਮੈਰਿਜ ਹੋਈ ਅਤੇ ਉਸ ਤੋਂ ਬਾਅਦ ਉਹ 7 ਮਹੀਨੇ ਮੇਰੇ ਨਾਲ ਰਹਿੰਦੀ ਰਹੀ ਅਤੇ 7 ਮਹੀਨੇ ਤੋਂ ਬਾਅਦ ਉਹ ਅਗਸਤ ਦੇ ਵਿੱਚ ਉਹਨੂੰ ਅਸੀਂ ਬਾਹਰ ਭੇਜ ਦਿੱਤਾ ਜੀ ਬਾਹਰ ਭੇਜਣ ਤੋਂ ਬਾਅਦ ਉਹ ਮੇਰੇ ਨਾਲ 10 ਕੁ ਦਿਨ ਗੱਲ ਕੀਤੀ ਜੀ ਉਸ ਤੋਂ ਬਾਅਦ ਮੇਰੇ ਨਾਲ ਜੀ ਉਹਨੇ ਨਾਤਾ ਤੋੜ ਲਿਆ ਜੀ ਅਤੇ ਉਹਦੇ ਘਰਦਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਵੀ ਅਸੀਂ ਕੋਈ ਮਤਲਬ ਵੀ ਸਾਡੀ ਕੁੜੀ ਨੇ ਤੁਹਾਡੇ ਨਾਲ ਨਾ ਤੈਨੂੰ ਬਾਹਰ ਸੱਦਣਾ ਨਾ ਤੇਰੇ ਨਾਲ ਗੱਲ ਕਰਨੀ ਜਿਹੜਾ ਕੋਈ ਹੁੰਦੇ ਤੁਸੀਂ ਕਰ ਲਓ ਅੱਛਾ ਜੀ ਹਾਂਜੀ ਕੀ ਤੁਹਾਡੀ ਲਵ ਮੈਰਿਜ ਸੀ ਅਰੇਂਜ ਮੈਰਿਜ ਜਾਂ ਫਿਰ ਕੰਟਰੈਕਟ ਮੈਰਿਜ ਸੀ ਤੁਹਾਡੀ ਸਾਡੀ ਅਰੇਂਜ ਮੈਰਿਜ ਸੀਗੀ ਅੱਛਾ ਜੀ ਸਾਡੀ ਵਿਚੋਲੇ ਥਰੂ ਮੈਰਿਜ ਹੋਈ ਸੀ ਅਸੀਂ ਕੋਈ ਜਾਣ ਪਛਾਣ ਨਹੀਂ ਸੀ ਉਹਨਾਂ ਨਾਲ ਸਾਡੀ ਅਤੇ ਉਸ ਤੋਂ ਬਾਅਦ ਸਾਨੂੰ ਵਿਚੋਲੇ ਨੇ ਦੱਸਿਆ ਕੁੜੀ ਬਾਰੇ ਦੱਸ ਪਾਈ ਅਤੇ ਉਹ ਅਸੀਂ ਕਿਸੇ ਉਹਦੇ ਘਰ ਨਹੀਂ ਗਏ ਹੈਗੇ ਪਰ ਉਹ ਆਪ ਹੀ ਸਾਡੇ ਘਰ ਆਏ ਆਪ ਹੀ ਮੈਨੂੰ ਦੇਖ ਕੇ ਗਏ ਉਸ ਤੋਂ ਬਾਅਦ ਸਾਡੇ ਪਿੰਡ 'ਚ ਮੇਰੇ ਬਾਰੇ ਸਾਰਿਆਂ ਬਾਰੇ ਪਤਾ ਕਰਿਆ ਵੀ ਕੌਣ ਹੈਗਾ ਮੇਰੇ ਇਲਾਕੇ 'ਚ ਪਤਾ ਕਰਿਆ ਵੀ ਉਹ ਕਿਵੇਂ ਆ ਮੁੰਡਾ ਕਿਉਂਕਿ ਮੈਨੂੰ ਸਾਰੇ ਜਾਣਦੇ ਨੇ ਏਰੀਏ ਦੇ ਵਿੱਚ ਅਤੇ ਪਰ ਉਸ ਤੋਂ ਬਾਅਦ ਸਾਡੀ ਮੈਂ ਵਿਆਹ ਦੀ ਗੱਲਬਾਤ ਸ਼ੁਰੂ ਹੋ ਗਈ ਅਤੇ ਪੱਕਾ ਵਿਆਹ ਹੋਇਆ ਸਾਡਾ ਅਤੇ ਉਹਨੂੰ ਇਹ ਵੀ ਪੁੱਛ ਕਿਹਾ ਗਿਆ ਵੀ ਪਹਿਲਾਂ ਬਾਹਰ ਨਹੀਂ ਪਹਿਲਾਂ ਆਪਣੀ ਲਾਈਫ ਆ ਪਹਿਲਾਂ ਕੈਨੇਡਾ ਦੀ ਲਾਈਫ ਆਪਣੀ ਵੀ ਚਾਹੇ ਤੂੰ ਬਾਹਰ ਜਾਵੇਂ ਚਾਹੇ ਨਾ ਜਾਵੇਂ ਵੀ ਪਹਿਲਾਂ ਆਪਾਂ ਮਤਲਬ ਇੱਥੇ ਲਾਈਫ ਸੈੱਟ ਕਰਨੀ ਆ ਕਿਉਂਕਿ ਉਹਦਾ ਨਾ ਤਾਂ ਵੀਜ਼ਾ ਆਇਆ ਸੀਗਾ ਜੀ ਨਾ ਉਹਦੀ ਕੋਈ ਫਾਈਲ ਆਈ ਹੋਈ ਸੀਗੀ ਹੈ ਨਾ ਵਿਆਹ ਤੋਂ ਬਾਅਦ ਹੀ ਫਾਈਲ ਆਈ ਆ ਬਾਅਦ ਤੋਂ ਬਾਅਦ ਹੀ ਉਹਦਾ ਮਤਲਬ ਵੀ ਵੀਜ਼ਾ ਆ ਜੇ ਨਾ ਵੀਜ਼ਾ ਆਉਂਦਾ ਜਾਂ ਅਸੀਂ ਲਾਉਂਦੇ ਹੀ ਨਾ ਜੀ ਜੇ ਵੀਜ਼ਾ ਵੀ ਨਾ ਆਉਂਦਾ ਫਿਰ ਵੀ ਮੇਰੇ ਨਾਲ ਮੈਂ ਹੀ ਰੱਖਣੀ ਸੀ ਉਹ ਮੇਰੇ ਨਾਲ ਹੀ ਰਹਿਣਾ ਸੀਗਾ ਚਲੋ ਸਾਡਾ ਬਣਿਆ ਅਸੀਂ ਉਹਨੂੰ ਪੈਸਿਆਂ ਦਾ ਹੱਲ ਕਰਕੇ ਅਸੀਂ ਉਹਨੂੰ ਬਾਹਰ ਭੇਜ ਦਿੱਤਾ ਜੀ ਅਤੇ ਪਹਿਲਾਂ ਉਹਦੇ ਥੋੜ੍ਹੇ ਘਰਦਿਆਂ ਨੇ ਪੈਸੇ ਲਾਏ ਸੀ ਉਹਦੀ ਵਾਪਸ ਵੀ ਕਰਤੇ ਸੀਗੇ ਹੈ ਨਾ ਅਤੇ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਕੋਈ ਗੱਲਬਾਤ ਕੀਤੀ ਨਹੀਂ ਗੀ ਅਤੇ ਬਸ ਉਸ ਤੋਂ ਬਾਅਦ ਪੈਸਿਆਂ ਦੀ ਡਿਮਾਂਡ ਕਰਨ ਲੱਗ ਗਏ ਅਤੇ ਗੱਲ ਵੱਧਦੀ ਗਾਹਾਂ ਜੀ ਵੱਧ ਗਈ ਜੀ ਅਤੇ ਤੁਹਾਡਾ ਜਿਹੜਾ ਵਿਆਹ ਆਇਆ ਉਹ ਨੋਰਮਲ ਵਿਆਹ ਵਾਂਗੂ ਵਿਆਹ ਸੀਗਾ ਜਾਂ ਫਿਰ ਬਾਹਰ ਜਾਣ ਦੇ ਚੱਕਰ 'ਚ ਵਿਆਹ ਜਿਵੇਂ ਅਕਸਰ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਵੀ ਕੁੜੀਆਂ ਨੇ ਆਈਲੈਟਸ ਕੀਤੀ ਹੁੰਦੀ ਹੈ ਵਿਆਹ ਕਰਾ ਕੇ ਬਾਹਰ ਤੁਰ ਜਾਂਦੀਆਂ ਅਤੇ ਕਹਿੰਦੀਆਂ ਨੇ ਮੁੰਡਿਆਂ ਨੂੰ ਬਾਹਰ ਬੁਲਾ ਲਾਂਗੇ ਨਹੀਂ ਮੇਰੀ ਮੈਰਿਜ ਜੀ ਕਿੱਟੀ ਪੈਲਸ ਜਿਹੜਾ ਛੋਟਾ ਪੈਲਸ ਹੁੰਦਾ ਜੀ ਉਹਦੇ ਵਿੱਚ ਕੀਤਾ ਸੀਗਾ ਜੀ ਅਤੇ ਪੈਲਸ ਉਹਦੇ ਵਿੱਚ ਥੋੜ੍ਹੇ ਬੰਦੇ ਗਏ ਸੀ ਸਾਡੇ ਜੀ 15-16 ਜਣੇ ਜੀ ਮਤਲਬ 20-25 ਜਣੇ ਹੋਵਾਂਗੇ ਘੱਟੋ ਘੱਟ ਜੀ ਉੱਥੇ ਗਏ ਜੀ ਅਤੇ ਥੋੜ੍ਹੇ ਉੱਧਰੋਂ ਸੀਗੇ ਵਿਆਹ ਕਰਾ ਕੇ ਸਾਡੀ ਘਰ ਪਾਰਟੀ ਅਸੀਂ ਪਹਿਲਾਂ ਕੀਤੀ ਸੀਗੀ ਵਧੀਆ ਜਣੇ ਜੀ ਵਿਆਹ ਕੀਤਾ ਸੀਗਾ ਜੀ ਅਸੀਂ ਜਿਵੇਂ ਵਿਆਹ ਤੁਸੀਂ ਬਾਹਰ ਜਾਣ ਦੇ ਮਕਸਦ ਨਾਲ ਵਿਆਹ ਕੀਤਾ ਸੀ ਕਿ ਜਾਂ ਨੋਰਮਲ ਮੈਰਿਜ ਕੀਤੀ ਸੀ ਨਹੀਂ ਨਹੀਂ ਨੋਰਮਲ ਮੈਰਿਜ ਕੀਤੀ ਸੀਗੀ ਅਸੀਂ ਅੱਛਾ ਜੀ ਹਾਂਜੀ ਚਲੋ ਉਹ ਕਹਿੰਦੇ ਜੀ ਬੈਂਡ ਆਏ ਹੋਏ ਨੇ ਅਸੀਂ ਉਹਨਾਂ ਨੇ ਇਹ ਗੱਲ ਪਹਿਲਾਂ ਉਹ ਰੱਖੀ ਆ ਵੀ ਅਸੀਂ ਸਾਡਾ ਬਾਹਰ ਦਾ ਕੋਈ ਮਕਸਦ ਨਹੀਂ ਹੈਗਾ ਪਹਿਲਾਂ ਪਹਿਲਾਂ ਇੱਕ ਬਾਹਰ ਦਾ ਜੇ ਮਕਸਦ ਤਾਂ ਵੀ ਜੇ ਉਹਦਾ ਵੀਜ਼ਾ ਆਇਆ ਹੋਵੇ ਜਾਂ ਉਹ ਪੱਕੀ ਹੋਵੇ ਉਧਰੋਂ ਜਾਂ ਤੁਸੀਂ ਕੁੜੀ ਨੂੰ ਬਾਹਰ ਭੇਜਿਆ ਹੀ ਕਿਉਂ ਉਹ ਕਹਿੰਦੇ ਵੀ ਚੱਲ ਆਪਾਂ ਸੀਗੇ ਵੀ ਬੈਂਡ ਆਏ ਹੋਏ ਨੇ ਉਹਦੇ ਕੱਲ ਗਰੀਬ ਪਰਿਵਾਰ 'ਚ ਉਹ ਚੱਲ ਅਸੀਂ ਉਹ ਕਹਿੰਦੇ ਵੀ ਫਾਈਲ ਲਾਉਣੀ ਹੈ ਇਹਦੀ ਫਾਈਲ ਫਿਰ ਅਸੀਂ ਉਹਦੀ ਲਵਾਤੀ ਕਾਗਜ਼ ਪੱਤਰ ਸਾਰਾ ਕੁਝ ਕਰਤੇ ਵੀਜ਼ਾ ਵੂਜ਼ਾ ਆ ਗਿਆ ਤਾਂ ਬਾਹਰ ਭੇਜਤੀ ਹੋ ਗਈ ਚੱਲ ਵੀ ਇਹ ਜਾਊਗੀ ਚੱਲ ਮੈਂ ਚੱਲ ਜੂੰਗਾ ਚੱਲ ਆਪਣਾ ਸੈੱਟ ਹੋ ਜੂਗਾ ਵੀ ਮੇਰੇ ਘਰ ਦੇ ਮਤਲਬ ਵੀ ਮੇਰੇ ਸਹੁਰਾ ਪਰਿਵਾਰ ਆ ਜੋ ਗਰੀਬ ਪਰਿਵਾਰ ਆ ਵੀ ਚੱਲ ਸਾਡੇ ਬਰਾਬਰ ਹੋ ਜਾਣਗੇ ਜੀ ਵੀ ਚੱਲ ਸਟਾਰਟਿੰਗ 'ਚ ਤੁਹਾਡੀ ਵਾਈਫ ਬਾਹਰ ਜਾਂਦੇ ਨੇ ਕੈਨੇਡਾ ਜਾਂਦੇ ਨੇ ਉਦੋਂ ਤੁਹਾਡੇ ਵਿਚਕਾਰ ਕੀ ਗੱਲਬਾਤ ਹੁੰਦੀ ਹੈ ਨੋਰਮਲ ਗੱਲਾਂ ਹੁੰਦੀਆਂ ਜਾਂ ਪਹਿਲੇ ਦਿਨ ਤੋਂ ਲੜਾਈ ਸ਼ੁਰੂ ਹੋ ਜਾਂਦੀ ਹੈ ਮੈਂ ਕਹਿੰਦਾ ਜੀ 7 ਮਹੀਨੇ ਜਿੰਨਾ ਚਿਰ ਰਹੀ ਆ ਸਾਡੇ ਵਿੱਚ ਸਾਡੇ ਰਿਲੇਸ਼ਨ ਵੀ ਇੰਨੇ ਵਧੀਆ ਸੀਗੇ ਸਾਡੇ ਵਿੱਚ ਸੂਈ ਵੀ ਨਹੀਂ ਲੰਘਦੀ ਸੀਗੀ
ਨਹੀਂ ਜਵਾਕ ਨੂੰ ਹੁੰਦਾ ਵੀ ਮੈਂ ਬਾਹਰ ਚੱਲੀ ਹਾਂ ਵੀ ਮੈਂ ਆਪਣੇ ਮਾਂ ਪਿਓ ਨਾਲ ਹੀ ਰੱਖਾਂ ਵੀ ਮੈਂ ਮਾਂ ਪਿਓ ਕੋਲ ਜਾ ਕੇ ਆਵਾਂ ਹੈ ਨਾ ਉਹ ਇੱਕ ਦਿਨ ਵੀ ਮਤਲਬ ਮਾਂ ਪਿਓ ਕੋਲ ਨਹੀਂ ਰਹਿ ਕੇ ਆਈ ਹੈਗੀ ਉਹਨੇ ਮਾਂ ਪਿਓ ਨਾਲ ਉਹਦੀ ਮਤਲਬ ਜਿਹੜਾ ਮੇਰਾ ਸਹੁਰਾ ਉਹਦੇ ਦੋ ਵਿਆਹ ਸੀ ਪਹਿਲੇ ਵਿਆਹ ਦੀ ਕੁੜੀ ਸੀ ਇਹ ਆਪਣੇ ਪਿਓ ਨਾਲ ਵੀ ਵਰਤਦੀ ਉਸਦੇ ਮਾਂ ਨਾਲ ਵੀ ਵਰਤਦੀ ਸੀਗੀ ਅਤੇ ਇਹਨਾਂ ਦਾ ਜਦ ਮਾਂ ਨਾਲ ਇਹ ਮਿਲ ਕੇ ਜੀ ਵਿਆਹ ਤੋਂ ਬਾਅਦ ਜੀ ਵਰਤਦੀ ਤਾਂ ਪਹਿਲਾਂ ਹੀ ਸੀਗੀ ਜੀ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਦੇ ਜਿਹੜੇ ਮੇਰੇ ਸਹੁਰਾ ਪਰਿਵਾਰ ਆ ਉਹਨਾਂ ਨੇ ਆਪਣੀ ਕੁੜੀ ਨਾਲ ਵਰਤਣਾ ਹੀ ਛੱਡਤਾ ਸੀਗਾ ਜੀ ਹਾਂ ਕਹਿੰਦੇ ਅਸੀਂ ਤੇਰੇ ਨਾਲ ਵਰਤ ਰਹੇ ਜਾਂ ਤੂੰ ਆਪਣੀ ਮਾਂ ਨਾਲ ਵਰਤ ਜਦੋਂ ਕੁੜੀ ਬਾਹਰ ਕਨੇਡਾ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਕਿੰਨੇ ਮਹੀਨੇ ਜਾਂ ਕਿੰਨੀ ਦੇਰ ਗੱਲਬਾਤ ਹੁੰਦੀ ਉਹਦੀ ਫੋਨ 'ਤੇ ਬਾਹਰ ਜਾਣ ਤੋਂ ਬਾਅਦ ਜੀ ਮੇਰੇ ਨਾਲ 10 ਕੁ ਦਿਨ ਗੱਲ ਕੀਤੀ ਅੱਛਾ ਜੀ ਹਾਂਜੀ ਹੁਣ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਹੈਗੀ ਹਾਂਜੀ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਕੋਈ ਕਿਤੇ ਦਰਖਾਸਤ ਦਿੱਤੀ ਹੈ ਹਾਂਜੀ ਦਰਖਾਸਤ ਸਾਡੀ ਚੱਲਦੀ ਸੀ ਆਪਣੇ NRI ਥਾਣੇ ਵਿੰਗ 'ਚ ਚੱਲਦੀ ਸੀ ਮੋਹਾਲੀ ਮੈਂ ਆਨਲਾਈਨ ਪਾਈ ਸੀਗੀ ਜੀ ਅੱਛਾ ਜੀ ਅਤੇ ਉਦੋਂ ਬਾਅਦ ਉਹਨਾਂ ਨੇ ਸਾਡੇ ਨਾਲ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਅੱਛਾ ਜੀ ਹਾਂਜੀ ਕੀ ਮੰਗ ਕਰਦੇ ਤੁਸੀਂ ਕੀ ਹੋਣਾ ਚਾਹੀਦਾ ਅਸੀਂ ਤਾਂ ਜੀ ਉਰੇ ਹੁਣ ਪਿੰਡ ਆਪਣੇ ਲਵਪ੍ਰੀਤ ਵੀਰ ਹੈ ਜੋ ਸਾਨੂੰ ਛੱਡ ਕੇ ਚਲਿਆ ਗਿਆ ਸੀ ਉਹਦੇ ਪਿੰਡ ਘਰੇ ਆਏ ਹਾਂ ਜੀ ਤਾਂ ਮੈਮ ਨੇ ਆਉਣਾ ਪਤਾ ਲੱਗਿਆ ਸੀ ਕਿ ਮੈਮ ਨੇ ਆਉਣਾ ਮਿਸ਼ਨ ਪਾਰਟੀ ਮੈਮ ਨੇ ਅਸੀਂ ਉਹਨਾਂ ਕੋਲ ਆਏ ਹਾਂ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਹੁਣ ਮੈਂ ਇਕੱਲਾ ਨਹੀਂ ਹੈਗਾ ਜੀ ਮੈਨੂੰ ਹੌਸਲਾ ਵੀ ਮੇਰੇ ਨਾਲ 150-200 ਮੁੰਡਾ ਜੀ ਮੇਰੇ ਨਾਲ ਆ ਹਾਂਜੀ ਹਾਂਜੀ ਇਹ ਬਾਹਰ ਜਾ ਕੇ ਕੁੜੀਆਂ ਇਲਜ਼ਾਮ ਇੱਕ ਲਾਉਂਦੀਆਂ ਨੇ ਵੀ ਇਹ ਨਸ਼ੇ ਕਰਦਾ ਜੀ ਇਹ ਸਾਨੂੰ ਕੁੱਟਦਾ ਮਾਰਦਾ ਅਤੇ ਇਹ ਕਮਲਾ ਵਾ ਵੀ ਇੱਕ ਕਮਲਾ ਉਹ ਦੋ ਕਮਲੇ ਹੋਣਗੇ ਪੰਜ ਕਮਲੇ ਹੋਣਗੇ 100 ਮੁੰਡਾ ਕਮਲਾ ਵਾ ਸਾਰਾ ਪੰਜਾਬ ਹੀ ਕਮਲਾ ਹੋ ਗਿਆ ਜੀ ਇੱਕੇ ਬਹਾਨਾ ਰੱਖਿਆ ਜੀ ਇਹਨਾਂ ਦਾ ਸੋ ਇਸ ਨੂੰ ਸੁਖਵਿੰਦਰ ਸਿੰਘ ਜੀ ਪਿੰਡ ਪੰਜੇਟਾ ਤੋਂ ਨੇ ਸਮਰਾਲੇ ਦੇ ਵਿੱਚ ਪੈਂਦਾ ਪਿੰਡ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਜੋ ਅੱਜ ਇੱਥੇ ਬਰਨਾਲੇ ਦੇ ਵਿੱਚ ਪਹੁੰਚੇ ਨੇ ਮਨੀਸ਼ਾ ਗੁਲਾਟੀ ਉਹਨਾਂ ਦੇ ਆਣਾ ਵਾ ਇੱਥੇ ਲਵਪ੍ਰੀਤ ਜਿਹੜਾ ਕਿ ਮੁੰਡਾ ਸੁਸਾਈਡ ਕਰ ਲਿਆ ਜਾਂਦਾ ਉਹ ਤਾਂ ਮਰ ਗਿਆ ਪਰ ਉਹ ਜਾਂਦਾ ਜਾਂਦਾ ਕਈ ਲੋਕਾਂ ਨੂੰ ਜਿਹੜੀ ਕਿ ਆਸ ਹੈ ਉਮੀਦ ਹੈ ਉਮੀਦ ਦੀ ਕਿਰਨ ਜਿਹੜੀ ਕਿ ਉਹ ਛੱਡ ਗਿਆ ਕਿਉਂਕਿ ਹੁਣ ਹਜ਼ਾਰਾਂ ਸੈਂਕੜੇ ਪਰਿਵਾਰ ਨੇ ਜਿਹੜੇ ਅੱਜ ਇੱਥੇ ਪਹੁੰਚੇ ਨੇ ਮਨੀਸ਼ਾ ਗੁਲਾਟੀ ਨੂੰ ਮਿਲਣ ਵਾਸਤੇ ਆਏ ਨੇ ਆਪਣੀਆਂ ਕੰਪਲੇਂਟਾਂ ਲੈ ਕੇ ਆਏ ਨੇ ਜਿਨ੍ਹਾਂ ਦੇ ਵੱਲੋਂ 20-20 ਲੱਖ 45-45 ਲੱਖ ਅਤੇ 50-50 ਲੱਖ ਲਾ ਕੇ ਕੁੜੀਆਂ ਨੂੰ ਬਾਹਰ ਭੇਜਿਆ ਜਾਂਦਾ ਪਰ ਬਾਹਰ ਜਾਣ ਤੋਂ ਬਾਅਦ ਕੁੜੀਆਂ ਦੇ ਵੱਲੋਂ ਮੂੰਹ ਫੇਰ ਲਿਆ ਜਾਂਦਾ ਅਤੇ ਉੱਥੇ ਜਾ ਕੇ ਜ਼ਿਆਦਾ ਹੋਰ ਵਿਆਹ ਕਰਾ ਲਿਆ ਜਾਂਦਾ ਜਾਂ ਫਿਰ ਬਿਲਕੁਲ ਨਾਤਾ ਤੋੜ ਲਿਆ ਜਾਂਦਾ ਪਿੱਛੇ ਪਰਿਵਾਰ ਦੇ ਨਾਲੋਂ ਸੋ ਪਰਿਵਾਰ ਦੀ ਹੁਣ ਮੰਗ ਹੈ ਕਿ ਜਿਹੜੀਆਂ ਕੁੜੀਆਂ ਅਕਸਰ ਲੋਕਾਂ ਦੇ ਨਾਲ ਜਿਹੜੇ ਕਿ ਧੋਖਾਧੜੀ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਸਾਰੀਆਂ ਕੁੜੀਆਂ ਨੂੰ ਵਾਪਸ ਇੱਧਰ ਇੰਡੀਆ ਬੁਲਾਇਆ ਜਾਵੇ ਬਰਨਾਲਾ ਤੋਂ ਹਿੰਮਤ ਸਿੰਘ ਦਿਗਪਾਲ ਦੈਨਿਕ ਸਵੇਰਾ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ